टेंजेंट पंजाबी न्यूज़ अते अणखीला पंजाब टीवी ने सांझ पा रहे सारे ही दर्शकों का मैं तरनदीप बिलासपुर इस विशेष गलबात एक बार फिर स्वागत करदा। जिदा कि हर हफ्ते असी गलबात करते हैं इंश्योरेंस की मार्केट बारे की कुछ चल रहा की गतिविधि उत्थे हो रही है, तो साढ़े को विशोर जू तो कोई ना कोई पहुँचता। अज फिर नवरूप रंधावा होरी पहुँचे ने तो उन्होंने आप गलबात करते हैं। नवरूप तुहाडा स्वागत है साढ़े स्टूडियो के। सत श्रीकाल जी। सत श्रीकाल सारे दर्शकों। अज तो एक बार फिर असी तुहाडे लई एक नवा टॉपिक लैके आए डिस्कस करन लई। जी, सब तो पहला तो मैं ये जानना चाहना कि मार्केट किवें चल रही है तुहाडे खेत्र दी इस मौके आम जिहड़ा कह सकदे समय दे मुकाबलतन, क्योंकि आ दौर बड़ा होर किस्म दा अजीब जिहा दौर आ ते इहदे विच इंश्योरेंस प्रति लोक मैनूं लगदा कि ज्यादा थोड़े अवेयर भी ज्यादा होए, क्योंकि डर भी एक मन दे विच कोई ना कोई पनप रिहा। ते कंपैरेटिव जे पिछले साल दे मुकाबलतन देखणा होवे तां आ दिनां नूं तुसीं किवें देखदे होंगे? ਤੁਸੀਂ ਇਸ ਗੱਲ ਦਾ ਆਨਸਰ ਖੁਦ ਹੀ ਆਪ ਕਰਤਾ ਕਿ ਇਹ ਦੌਰ ਹੀ ਬੜਾ ਡਿਫਰੈਂਟ ਆ, ਜਿੱਥੇ ਅਸੀਂ ਕਹਿ ਰਹੇ ਹਾਂ ਲੋਕਾਂ ਦੇ ਮਨ 'ਚ ਡਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈ, ਕਿਉਂਕਿ ਸਾਨੂੰ ਅਗਲੇ 2 ਮਹੀਨੇ ਦਾ ਨਹੀਂ ਪਤਾ ਕੀ ਹੋਣ ਵਾਲਾ, ਬਹੁਤ ਅਨਸਰਟਨ ਟਾਈਮ ਚੱਲ ਰਿਹਾ ਨਾ, ਤੇ ਇਸ ਕਰਕੇ ਲੋਕਾਂ ਦੇ ਮਨ 'ਚ ਇਸ ਟਾਈਮ ਹਰ ਚੀਜ਼ ਦਾ ਡਰ ਬੈਠਿਆ ਹੋਇਆ, ਖਾਸ ਕਰ ਘਰਾਂ ਦੇ ਰੀਪੇਮੈਂਟਸ ਮੌਗੇਜ ਦੀਆਂ ਲੈ ਕੇ ਜਾਂ ਆਪਣੀ ਹੈਲਥ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਨਾ, ਤੇ ਜਿਵੇਂ ਰਿਡੰਡੈਂਸੀਜ਼ ਬਹੁਤ ਹੋ ਰਹੀਆਂ, ਤੇ ਕਿਤੇ ਨਾ ਕਿਤੇ ਇੰਸ਼ੋਰੈਂਸ ਦੇ ਵਿੱਚ ਇੰਸ਼ੋਰੈਂਸ ਸੈਕਟਰ ਦੇ ਵਿੱਚ ਲੋਕੀ ਇਸ ਟਾਈਮ ਤੇ ਅਸੀਂ ਬਿਜ਼ੀ ਆ, ਬਿਕੋਜ਼ ਸਾਨੂੰ ਇਨਕੁਆਇਰੀਜ਼ ਬਹੁਤ ਆ ਰਹੀਆਂ, ਮੀਟਿੰਗਸ ਅਪਾਇੰਟਮੈਂਟਸ ਬਹੁਤ ਹੈ, ਕਿਉਂਕਿ ਲੋਕਾਂ ਨੇ ਜਿਹੜਾ ਡਰ ਆ ਉਹਨਾਂ ਨੇ ਹੁਣ ਆਪਣੇ ਆਪ ਨੂੰ ਕਿਤੇ ਨਾ ਕਿਤੇ ਪ੍ਰੋਟੈਕਟ ਵੀ ਕਰਨਾ। ਸਵਾਲ ਪਹਿਲਾਂ ਨੂੰ ਵਧੇ ਨੇ ਵਧੇ ਆ ਜੀ। ਹਾਂਜੀ, ਤੇ ਇਹਦੇ ਨਾਲ ਕੋਈ ਨਵੀਂ ਖਾਸ ਕੰਪਨੀਆਂ ਦੇ ਐਂਗਲ ਤੋਂ ਜਿਹੜੀਆਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਕੰਮ ਕਰਦੀਆਂ ਉਹਨਾਂ ਦੇ ਐਂਗਲ ਤੋਂ ਕੋਈ ਨਵੀਂ ਅਪਡੇਟ ਆਈ ਹੋਵੇ ਪਿਛਲੇ ਸਮੇਂ ਦੌਰਾਨ, ਕੋਈ ਜਿਹੀ ਗੱਲਬਾਤ ਜੋ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋਵੋ? ਹਾਲੀ ਅਪਡੇਟ ਹਾਲੀ ਇਸ ਟਾਈਮ ਤੇ ਨਹੀਂ ਆਈ ਹੈ, ਬਟ ਆਉਣ ਵਾਲੇ ਟਾਈਮ ਚ ਮੇ ਬੀ 2-3 ਮਹੀਨੇ ਤੱਕ ਜਿਵੇਂ ਜਿਵੇਂ ਚੇਂਜਸ ਆ ਰਹੇ ਆ ਸਭ ਦੇ ਜੌਬਸ ਦੇ ਵਿੱਚ, ਸਭ ਦੇ ਲਾਈਫ ਸਟਾਈਲ ਦੇ ਵਿੱਚ, ਆਪਣੇ ਕਹਿ ਲਓ ਤੁਸੀਂ ਹੈਲਥ ਦੇ ਰਹੇ, ਕਿਤੇ ਨਾ ਕਿਤੇ ਕੋਈ ਨਾ ਕੋਈ ਅਪਡੇਟ ਆਉਣ ਵਾਲੇ ਟਾਈਮ ਚ ਆ ਸਕਦਾ, ਬਟ ਹਾਲੀ ਸਾਡੇ ਕੋਲ ਐਜ਼ ਕਲੀਅਰ ਪਿਕਚਰ ਨਹੀਂ ਹੈ ਕਿ ਕੀ ਹੋਊਗਾ, ਕਿਉਂਕਿ ਸਾਨੂੰ ਹੁਣ ਪਤਾ ਨਹੀਂ ਅਗਲੇ ਹਾਲ ਤੱਕ ਤਾਂ ਸਾਡੇ ਕੋਲ ਜੇ ਕਹਿ ਸਕਦੇ ਤੁਸੀਂ ਸਭ ਕੋਲ ਵੇਜ ਸਬਸਿਡੀ ਸੀਗੀਆਂ ਸਾਰੇ ਮਿਲੀਆਂ ਨਾ, ਤੇ ਕਿਤੇ ਨਾ ਕਿਤੇ ਸਭ ਦਾ ਸਰਵਾਈਵਲ ਜਾਂ ਥੋੜਾ ਜਿਹਾ ਈਜ਼ੀ ਸੀਗਾ, ਆਉਣ ਵਾਲਾ ਟਾਈਮ ਦੱਸੇਗਾ ਕਿ ਕਿੱਦਾਂ ਦੀ ਸਿਚੁਏਸ਼ਨ ਹੁੰਦੀ। ਬਿਲਕੁਲ, ਕਿਉਂਕਿ ਵੋਟਾਂ ਤੱਕ ਤਾਂ ਸਰਕਾਰ ਨੇ ਵੀ ਸਾਨੂੰ ਸਾਂਭ ਕੇ ਰੱਖਿਆ, ਵੋਟਾਂ ਤੋਂ ਬਾਅਦ ਹੁਣ ਕੀ ਸਥਿਤੀ ਬਣਦੀ ਹੈ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਸੋ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ, ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਲੋਕ ਨੇ ਆਮ ਤੌਰ ਦੇ ਉੱਤੇ ਮੈਡੀਕਲ ਅਤੇ ਟਰੋਮਾ ਨੂੰ ਇਕੱਠਾ ਮੰਨ ਕੇ ਚੱਲਦੇ ਨੇ, ਹਾਲਾਂਕਿ ਇਹ ਦੋਨੇ ਵੱਖੋ ਵੱਖਰੇ ਨੇ, ਇਹ ਕਨਫਿਊਜ਼ਨ ਕੀ ਹੈਗੀ ਉਹਨਾਂ ਦੇ ਮਨਾਂ ਦੇ ਵਿੱਚ, ਅਤੇ ਇਹ ਕਨਫਿਊਜ਼ਨ ਤੁਸੀਂ ਕਿਹੜੇ ਤਰੀਕੇ ਨਾਲ ਦੂਰ ਕਰ ਸਕਦੇ ਹੋ, ਅਤੇ ਕਿੱਦਾਂ ਦੇ ਆਮ ਲੋਕਾਂ ਦੇ ਸਵਾਲ ਹੁੰਦੇ ਆ, ਅਤੇ ਇਹ ਚੀਜ਼ਾਂ ਦੋਨੇ ਵੱਖੋ ਵੱਖ ਹਨ ਕਿਵੇਂ? ਹਾਂਜੀ, ਟਰੋਮਾ ਕਵਰ ਜਿਹਨੂੰ ਆਪਾਂ ਕ੍ਰਿਟੀਕਲ ਕੰਡੀਸ਼ਨਸ ਵੀ ਕਹਿੰਦੇ ਹਾਂ, ਅਤੇ ਟਰੋਮਾ ਕਵਰ ਬੇਸਿਕਲੀ ਕੀ ਹੈ, ਇਹਦੇ ਵਿੱਚ ਅਸੀਂ ਇੱਕ ਜਿਹੜੀ ਅਮਾਊਂਟ ਆ ਅਸੀਂ ਖੁਦ ਚੂਜ਼ ਕਰਨੀ ਹੈ, ਸਾਡੀ ਰਿਕਮੈਂਡੇਸ਼ਨ ਆਪਣੇ ਕਲਾਇੰਟਸ ਨੂੰ ਹੁੰਦੀ ਹੈ ਜਿੰਨੀ ਕਿ ਤੁਹਾਡੀ ਇਨਕਮ ਹੈ, ਐਟਲੀਸਟ ਉਹਦਾ 3 ਟਾਈਮਸ ਨਹੀਂ ਤਾਂ 2 ਟਾਈਮਸ ਤੁਸੀਂ ਲਓ। ਮੰਨ ਲਓ ਕਿਸੇ ਦੀ ਇਨਕਮ ਫੋਰ ਐਗਜ਼ਾਮਪਲ 50,000 ਆ, ਐਟਲੀਸਟ $1,00,000 ਤੇ ਤੁਸੀਂ ਆਪਣੀ ਟਰੋਮਾ ਕਵਰ ਲਓ। ਟਰੋਮਾ ਕਵਰ ਦੇ ਵਿੱਚ ਕੰਡੀਸ਼ਨਸ ਹੁੰਦੀਆਂ ਕੰਪਨੀ ਵੱਲੋਂ, 60 ਕੰਡੀਸ਼ਨਸ ਹੈਗੀਆਂ ਜਿਹੜੀਆਂ ਉਹ ਕਵਰ ਕਰਦੇ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਜੇ ਆਪਣੇ ਮੇਜਰ ਨਾਮ ਲਵਾਂ, ਆਪਣਾ ਹਾਰਟ ਅਟੈਕ ਹੋ ਗਿਆ ਅਤੇ ਕੈਂਸਰ ਹੋ ਗਿਆ ਜਿਹੜੀਆਂ ਵੱਡੀਆਂ ਬਿਮਾਰੀਆਂ ਹੈਗੀਆਂ, ਕੋਈ ਆਪਣੇ ਕਿਡਨੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਲੀਵਰ ਦੇ ਵਿੱਚ ਆ ਗਈ, ਕੋਈ ਮੇਜਰ ਐਕਸੀਡੈਂਟ ਹੋ ਗਿਆ, ਮੇਜਰ ਬਰਨਸ ਹੋ ਗਏ, ਇੱਦਾਂ ਦੀਆਂ ਸਾਰੀਆਂ ਜਿਹੜੀਆਂ ਵੱਡੀਆਂ ਪ੍ਰੋਬਲਮ ਹੈ ਨਾ, ਆਲਮੋਸਟ 60 ਕੰਡੀਸ਼ਨਸ ਦੇ ਵਿੱਚ ਉਹ ਕਵਰਡ ਹੈ। ਠੀਕ ਹੈ, ਅਤੇ ਇਹਦੇ ਵਿੱਚ ਤੁਸੀਂ ਅਮਾਊਂਟ ਖੁਦ ਚੂਜ਼ ਕਰਦੇ ਹੋ, ਜਾਂ ਅਸੀਂ ਤੁਹਾਨੂੰ ਰਿਕਮੈਂਡ ਕਰਦੇ ਹਾਂ 3 ਟਾਈਮਸ ਆਫ ਯੋਰ ਇਨਕਮ ਨਾ, ਅਤੇ ਤੁਸੀਂ ਮੰਨ ਲਓ $1,00,000 ਦੀ ਟਰੋਮਾ ਕਵਰ ਲੈ ਲਿਆ, ਅਤੇ ਕੱਲ੍ਹ ਨੂੰ ਟਰੋਮਾ ਕਵਰ ਜੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਜੇ ਕੱਲ੍ਹ ਨੂੰ ਕਿਸੇ ਨੂੰ ਹਾਰਟ ਅਟੈਕ ਆਉਂਦਾ, ਠੀਕ ਹੈ, ਅਤੇ ਜੇ ਤੁਸੀਂ $1,00,000 ਦੀ ਟਰੋਮਾ ਲਿੱਤੀ ਆ ਤਾਂ $1,00,000 ਇੱਕ ਲਮਸਮ ਅਮਾਊਂਟ ਤੁਹਾਨੂੰ ਪੇਡ ਹੋ ਜੂਗੀ, ਉਹਨਾਂ ਵੱਲੋਂ ਮਿਲ ਜਾਣਾ। ਹਾਂਜੀ, ਉਹ ਤੁਸੀਂ ਟ੍ਰੀਟਮੈਂਟ ਵੀ ਕਰਵਾ ਸਕਦੇ ਹੋ ਜਾਂ ਕਿਵੇਂ ਉਹ ਤੁਹਾਡੇ ਤੇ ਆ, ਤੁਸੀਂ ਆਪਣੀ ਫਾਈਨੈਂਸ਼ੀਅਲ ਦੀ ਉਹਨੂੰ ਰੱਖੋ, ਠੀਕ ਹੈ, ਤੁਸੀਂ ਟ੍ਰੀਟਮੈਂਟ ਕਰਾ ਸਕਦੇ ਹੋ ਉਹਦੇ ਲਈ, ਜਿੰਨਾ ਕੋਲ ਮੈਡੀਕਲ ਇੰਸ਼ੋਰੈਂਸ ਹੈ ਤੁਹਾਡਾ ਮੈਡੀਕਲ ਟ੍ਰੀਟਮੈਂਟ ਉੱਥੋਂ ਤੱਕ ਕਵਰ ਹੋਏਗਾ ਹੀ। ਅਤੇ ਆਪਣੇ ਹੁਣ ਕਿਉਂਕਿ ਮੈਨੂੰ ਲਾਸਟ ਵੀਕ 2-3 ਕਲਾਇੰਟਸ ਤੋਂ ਥੋੜ੍ਹਾ ਜਿਹਾ ਪਤਾ ਲੱਗਿਆ ਕਿ ਲੋਕਾਂ 'ਚ ਕਨਫਿਊਜ਼ਨ ਹੈ ਕਿ ਟਰੋਮਾ ਅਤੇ ਮੈਡੀਕਲ ਜਿਹੜਾ ਕਵਰ ਹੈ ਉਹ ਸੇਮ ਹੈ, ਨਹੀਂ ਇਹ ਸੇਮ ਨਹੀਂ। ਉਹ ਕੀ ਸਵਾਲ ਕੀ ਕਰਦੇ ਨੇ ਉਹ, ਜਦੋਂ ਤੁਸੀਂ ਗੱਲ ਕਰਦੇ ਹੋ ਤੁਸੀਂ ਕਹਿੰਦੇ ਆ ਵੀ ਆਹ ਟਰੋਮਾ ਲੈ ਲਓ, ਆਹ ਤੁਸੀਂ ਮੈਡੀਕਲ ਇੱਦਾਂ ਮਿਲ ਜਾਣੀ ਹੈਗੀ ਸਾਰੀ ਆ, ਤਾਂ ਉਹ ਲੋਕਾਂ ਦੀ ਕਨਫਿਊਜ਼ਨ ਕਿਸ ਕਿਸਮ ਦੀ ਹੈ?
कन्फ्यूजन इस साइड दी है, उन्होंने मेडिकल ली मेरे नाल कॉन्टैक्ट किया सी मेडिकल इंश्योरेंस ली, ते जदों जिवें अपनी डिस्कशंस हुंदियां क्योंकि सानूं रेकमेंड करना पैंदा ना उन्होंने सिचुएशन देख के, ते मैं उन्होंने कवर समझा रही सी ते उहदे विच लाइफ कवर ओह इंटरेस्टेड सी, ते जदों मैं ट्रॉमा कवर समझाया ते उन्हां दा आंसर सीगा जदों असीं मेडिकल लै लिया सानूं ट्रॉमा दी की लोड़ है ना, क्योंकि इह सानूं साडी जदों सानूं कोई प्रॉब्लम आएगी साडी मेडिकल सानूं कवर करेगी। ਇਹਦੇ ਵਿੱਚ ਮੈਡੀਕਲ ਅਤੇ ਟਰੋਮਾ ਜੇ ਤੁਸੀਂ ਲੈਂਦੇ ਆ ਤਾਂ ਜਿਹੜੀਆਂ ਉਹ ਪੇਮੈਂਟਸ ਦਾ ਆਪਸ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ, ਹਾਲਾਂਕਿ ਆਪਾਂ ਨੂੰ ਪਤਾ ਕਿ ਇੰਸ਼ੋਰੈਂਸ 'ਚ ਉਮਰ ਦੇ ਮੁਕਾਬਲਤਨ ਤੁਹਾਡੀਆਂ ਸਿਹਤ ਦੇ ਕਰਕੇ ਚੀਜ਼ਾਂ ਨਿਰਧਾਰਿਤ ਹੁੰਦੀਆਂ ਨੇ, ਪਰ ਫਿਰ ਵੀ ਜੇ ਦੋਨਾਂ ਦੀ ਗੱਲ ਕਰਨੀ ਹੋਵੇ ਕਿ ਕਿਉਂ ਆਪਾਂ ਕਹਿੰਦੇ ਹਾਂ ਵੀ ਲੈਣਾ ਚਾਹੀਦਾ, ਕਿੰਨਾ ਕੁ ਫਰਕ ਆ, ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਕਿਤੇ ਜ਼ਿਆਦਾ ਫਾਈਨੈਂਸ਼ੀਅਲ ਬਰਡਨ ਨਾ ਪੈ ਜੇ ਸਾਡੇ 'ਤੇ, ਕਿਸ਼ਤ ਨਾ ਜ਼ਿਆਦਾ ਆ ਜੇ, ਉਹ ਕੀ ਚੀਜ਼ ਹੈਗੀ ਇਹਦੇ ਵਿੱਚ? ਪਹਿਲਾਂ ਤਾਂ ਦੇਖੋ ਅਸੀਂ ਜਦੋਂ ਰੈਕਮੈਂਡ ਕਰਦੇ ਹਾਂ ਅਸੀਂ ਕਲਾਇੰਟ ਵੱਲੋਂ ਵੀ ਉਹਨਾਂ ਦੀ ਪੁੱਛਦੇ ਹਾਂ ਕਿ ਤੁਹਾਡਾ ਬਜਟ ਕਿੰਨਾ ਹੈ ਨਾ, ਕਿਉਂਕਿ ਇੱਕ ਬਜਟ 'ਤੇ ਵਰਕਆਊਟ ਕਰਨਾ ਬਹੁਤ ਜ਼ਰੂਰੀ ਹੈ। ਇੰਸ਼ੋਰੈਂਸ ਇੱਦਾਂ ਦੀ ਚੀਜ਼ ਆ ਕਿ ਕੱਲ੍ਹ ਨੂੰ ਜੇ ਤੁਸੀਂ ਪੇ ਕਰ ਰਹੇ ਹੋ ਨਾ ਕਿ ਤੁਹਾਡੇ ਉੱਤੇ ਉਹਦਾ ਬਰਡਨ ਨਾ ਪਏ, ਕਿਉਂਕਿ ਤੁਸੀਂ ਇੱਕ ਲਾਇਬਿਲਟੀ ਆਪਣੀ ਘਟਾਉਣੀ ਹੈ ਵਧਾਉਣੀ ਨਹੀਂ ਹੈ, ਠੀਕ ਹੈ। ਅਤੇ ਅਸੀਂ ਉਹਨਾਂ ਨਾਲ ਡਿਸਕਸ ਕਰਦੇ ਹਾਂ ਜੇ ਕਿਸੇ ਨੂੰ 50,000 ਜੇ ਲੱਖ ਦੀ ਕਿਸੇ ਦਾ ਪ੍ਰੀਮੀਅਮ ਕਿਸੇ ਨੂੰ ਜ਼ਿਆਦਾ ਪੈ ਰਿਹਾ ਤਾਂ ਅਸੀਂ 50,000 ਦੇ ਹਿਸਾਬ ਨਾਲ ਬਣਾ ਕੇ ਦਿੰਦੇ ਹਾਂ, ਅਤੇ ਉਹ ਫਿਰ ਕੈਲਕੂਲੇਟ ਕਰਦੇ ਜੇ ਕਿਤੇ ਹੁੰਦਾ। ਕਈ ਵਾਰ ਮੈਂ ਹੁਣ ਲਾਸਟ ਵੀਕ ਦੇ ਐਗਜ਼ਾਮਪਲ ਦਿੰਦੀ ਹਾਂ, ਮੈਂ ਉਹਨਾਂ ਨੂੰ ਜਦੋਂ ਗੱਲ ਕਰ ਰਹੀ ਸੀ ਤਾਂ ਕਹਿੰਦੇ ਥੋੜ੍ਹਾ ਜ਼ਿਆਦਾ ਬਣ ਰਿਹਾ, ਫਿਰ ਮੈਂ 50,000 ਦੇ ਹਿਸਾਬ ਨਾਲ ਦਿੱਤਾ ਤਾਂ ਕਹਿੰਦੇ ਨਹੀਂ ਜ਼ਿਆਦਾ ਡਿਫਰੈਂਸ ਨਹੀਂ ਹੈ, $4 ਦਾ ਡਿਫਰੈਂਸ ਹੈ, ਤੁਸੀਂ ਲੱਖ ਦਾ ਹੀ ਕਰ ਦਿਓ ਕਿ ਜਦੋਂ ਪਤਾ ਕੱਲ੍ਹ ਨੂੰ ਪੈਸੇ ਆਉਣੇ ਆ ਤਾਂ 50,000 ਲੱਖ ਦੇ ਵਿੱਚ ਕਾਫ਼ੀ ਡਿਫਰੈਂਸ ਹੈ ਨਾ, ਅਤੇ ਬੰਦੇ ਨੂੰ ਜਦੋਂ ਪ੍ਰੀਮੀਅਮ $4 ਵੱਧ ਦੇਣਾ ਪਏ ਇਹ ਨਹੀਂ ਇੰਨਾ ਦੁੱਖਦਾ। ਹਾਂਜੀ, ਅਤੇ ਟਰੋਮਾ ਦਾ ਜੇ ਤੁਸੀਂ ਪ੍ਰੀਮੀਅਮ ਮੈਨੂੰ ਪੁੱਛ ਰਹੇ ਹੋ ਤਾਂ ਪ੍ਰੀਮੀਅਮ ਉਹਦਾ ਜੇ ਤੁਸੀਂ ਆਪਣੇ $1,00,000 ਦੀ ਗੱਲ ਕਰੀਏ, ਜੇ ਕਿਸੇ ਦੀ ਏਜ ਹੈਗੀ ਅਰਾਊਂਡ 25-26 ਸਾਲ ਜਾਂ 30 ਸਾਲ ਦਾ ਐਗਜ਼ਾਮਪਲ ਲੈ ਲਓ ਤੁਸੀਂ, ਅਤੇ ਤੁਹਾਡਾ ਮਹੀਨੇ ਦਾ ਟਰੋਮਾ ਕਵਰ $20 ਦਾ ਪੈਂਦਾ ਜੀ। ਹਾਂਜੀ, ਅਤੇ ਮੈਡੀਕਲ ਕਵਰ ਕਿੰਨੇ ਕੁ ਦਾ ਪੈਂਦਾ, ਕਿੰਨਾ ਕੁ ਫਰਕ ਕਿੰਨਾ ਕੁ ਹੁੰਦਾ ਆਪਸ ਦੇ ਵਿੱਚ? ਮੈਡੀਕਲ ਕਵਰ ਟਰੋਮਾ ਨਾਲੋਂ ਥੋੜ੍ਹਾ ਜ਼ਿਆਦਾ ਹੈ, ਕਿਉਂਕਿ ਮੈਡੀਕਲ ਸਾਨੂੰ ਕੋਈ ਨਾ ਕੋਈ ਪ੍ਰੋਬਲਮਸ ਆਈਆਂ ਰਹਿੰਦੀਆਂ, ਅਸੀਂ ਜਾਂਦੇ ਹਾਂ, ਕਈ ਵਾਰ ਸਾਡੇ ਕੋਲ ਪਬਲਿਕ ਵੇਟਿੰਗ ਨਹੀਂ ਕਰਨੀ ਹੁੰਦੀ, ਅਸੀਂ ਸਪੈਸ਼ਲਿਸਟ ਵਿਜ਼ਿਟ ਡਾਇਰੈਕਟਲੀ ਕਰਦੇ ਹਾਂ ਨਾ, ਅਤੇ ਉਸ ਕਰਕੇ ਮੈਡੀਕਲ ਵੱਲ ਪਤਾ ਹੈ ਕਿ ਸਾਨੂੰ ਇੱਕ ਕਵਰ ਕਲੇਮ ਛੇਤੀ ਮਿਲਣਾ, ਅਤੇ ਉਹ ਕਵਰ ਡੈਫੀਨੇਟਲੀ ਮੈਡੀਕਲ ਜਿਹੜਾ ਹੈਗਾ ਕਿ ਮੈਡੀਕਲ ਦੇ ਵਿੱਚ ਤੁਹਾਡੇ ਇਲਾਜ ਲਈ ਪੈਸੇ ਮਿਲਣੇ ਆ, ਤੇ ਟਰੋਮਾ ਦੇ ਵਿੱਚ ਤੁਹਾਨੂੰ ਲੰਬਸਮ ਜਿਹੜਾ ਹੈਗਾ ਕਿ ਉਹ ਉੱਕਾ ਪੁੱਕਾ ਪੈਸਾ ਤੁਹਾਨੂੰ ਮਿਲ ਜਾਣਾ ਮਿਲਣਾ ਜੀ। ਹਾਂਜੀ, ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ ਜੇ ਕਿਸੇ ਨੂੰ ਹਾਰਟ ਅਟੈਕ ਆਇਆ ਨਾ, ਤੇ ਹਾਰਟ ਅਟੈਕ ਤੋਂ ਬਾਅਦ ਬੰਦਾ ਕਈ ਵਾਰ ਹੁਣ ਸਟੰਟ ਵੀ ਪੈਂਦੇ ਆ ਕਿ ਹਾਰਟ ਅਟੈਕ ਤੋਂ ਬਾਅਦ ਬੰਦਾ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਕੰਮ ਤੇ ਨਹੀਂ ਜਾਏਗਾ ਨਾ, ਬਾਕੀ ਤੁਹਾਡੇ ਕੰਮ ਕਰਨ ਦੀ ਸਮਰੱਥਾ ਦੇ ਵਿੱਚ ਵੀ ਫਰਕ ਪੈ ਜਾਂਦਾ। ਹਾਂਜੀ, ਜੋ ਤੁਸੀਂ ਪਹਿਲਾਂ ਭਾਰਾ ਕੰਮ ਕਰ ਸਕਦੇ ਆ ਫਾਰ ਐਗਜ਼ਾਮਪਲ ਤੁਸੀਂ, ਹਾਂ ਤਾਂ ਉਹ ਮੈਂ ਨਹੀਂ ਕਰ ਸਕਦੇ ਨਾ, ਤਾਂ ਉਹਦੇ ਲਈ ਤੁਹਾਨੂੰ ਇਹ ਜਿੰਨਾ ਤੁਸੀਂ ਕਿਹਾ ਵੀ $1,00,000 ਮਿਲ ਗਿਆ, ਉਹਦੇ ਨਾਲ ਕੋਈ ਬੰਦਾ ਕੰਮ ਇਹੋ ਜਿਹਾ ਸ਼ੁਰੂ ਕਰ ਸਕਦਾ ਜਿਹਦੇ ਨਾਲ ਕਿ ਉਹ ਸੌਖਾ ਰਹਿ ਸਕੇ। ਹਾਂ, ਇਹ ਵੀ ਹੋ ਸਕਦਾ, ਨਾਲੇ ਕੱਲ ਨੂੰ ਉਹਨੂੰ ਪਤਾ ਕਿ ਚੱਲ ਠੀਕ ਹੈ ਜੇ ਮੇਰਾ 50,000 ਦਾ ਪੈਕੇਜ ਹੈ ਤੇ ਮੇਰੇ ਕੋਲ $1,00,000 ਸਾਲ ਦਾ, ਕਿਤੇ ਨਾ ਕਿਤੇ ਮੈਂ 1-1.5 ਸਾਲ ਲਈ ਕਵਰਡ ਆ ਨਾ ਆਪਣੇ, ਉਹਦੇ ਵੱਲੋਂ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਹੁੰਦੀ ਹੈ ਕਿਉਂਕਿ ਇੱਕ ਲੰਬਸਮ ਅਮਾਊਂਟ ਤੁਹਾਡੇ ਕੋਲ ਆ ਗਈ ਹੈ ਜੀ। ਹਾਂਜੀ, ਤੇ ਇਹਦੇ 'ਚ ਮੈਂ ਇੱਕ ਹੋਰ ਚੀਜ਼ਾਂ ਜਿੱਦਾਂ ਜਦੋਂ ਤੁਸੀਂ ਕਿਸੇ ਕੋਲ ਜਾਂਦੇ ਆ ਗੱਲਬਾਤ ਕਰਦੇ ਆ ਤਾਂ ਕਿਹੜੇ ਕਿੰਨੇ ਕਿਸਮ ਦੇ ਮੁੱਖ ਇੰਸ਼ੋਰੈਂਸ ਹੁੰਦੇ ਆ ਜਿਹੜੇ ਕਿ ਤੁਸੀਂ ਇੱਕ ਪੈਕੇਜ ਬਣਾਉਂਦੇ ਆ ਕਿ ਇੱਕ ਆਮ ਇੰਡੀਅਨ ਜਿਹੜਾ ਹੈਗਾ ਕਿ ਵਰਕਿੰਗ ਜਿਹੜਾ ਕਪਲ ਆ ਉਹਦੇ ਲਈ ਜੇ ਆਪਾਂ ਕਹਿਣਾ ਹੋਵੇ ਕਿਹੜੀਆਂ ਚੀਜ਼ਾਂ, ਜਿੱਦਾਂ ਕਹਿੰਦੇ ਵੀ ਜਿੱਦਾਂ ਆਹ ਤੁਸੀਂ 2 ਚੀਜ਼ਾਂ ਤਾਂ ਦੱਸਤੀਆਂ, ਹੋਰ ਚੀਜ਼ਾਂ ਰਲਾ ਕੇ ਜਿਵੇਂ ਨਹੀਂ ਆਪਾਂ ਕਹਿੰਦੇ ਹੁੰਦੇ ਨੇ ਵੀ ਇੱਕ ਪੂਰੀ ਖੁਰਾਕ ਜਾਂ ਪੂਰਾ ਇੱਕ ਪੈਕੇਜ ਜਿਹੜਾ ਹੈਗਾ ਕਿ ਉਹ ਕੀ ਬਣਦਾ ਹੈ, ਕਿਹੜੀਆਂ ਚੀਜ਼ਾਂ ਹੋਰ ਇਹਦੇ 'ਚ ਪੈ ਜਾਂਦੀਆਂ ਨੇ? ਸਾਡੀ ਲਾਈਫ ਇੰਸ਼ੋਰੈਂਸ ਹੋ ਗਈ ਜਿਹੜੀ ਮੇਨ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ ਲਾਈਫ ਇੰਸ਼ੋਰੈਂਸ, ਆਪਣਾ ਟਰੋਮਾ ਕਵਰ ਹੋ ਗਿਆ, ਉਹ ਵੀ ਇਸ ਤੋਂ ਇਲਾਵਾ ਸਾਡੀ ਇਨਕਮ ਪ੍ਰੋਟੈਕਸ਼ਨ ਹੋ ਗਈ, ਸਾਡੀ ਮੌਰਗੇਜ ਪ੍ਰੋਟੈਕਸ਼ਨ ਹੋ ਗਈ, ਇਨਕਮ ਮੌਰਗੇਜ ਪ੍ਰੋਟੈਕਸ਼ਨ ਦੇ ਵਿੱਚ ਸਾਡੀ ਰਿਡੰਡੈਂਸੀ ਕਵਰ ਆਉਂਦੀ ਹੈ ਕਿ ਹੁਣ ਹਰ ਕਿਸੇ ਨੂੰ ਰਿਡੰਡੈਂਸੀ ਦਾ ਡਰ ਨਹੀਂ ਹੈ, ਬਟ ਕਿੰਨਾ ਜਿਨ੍ਹਾਂ ਦੀ ਜੋਬ ਜਾ ਰਹੀ ਹੈ ਉਹਨਾਂ ਨੂੰ ਹੁੰਦਾ ਕਿ ਅਸੀਂ ਰਿਡੰਡੈਂਸੀ ਕਵਰ ਵੀ ਲੈ ਲਈਏ, ਬਟ ਇਸ ਟਾਈਮ ਤੇ ਇੰਸ਼ੋਰੈਂਸ ਕੰਪਨੀ ਵੱਲੋਂ ਵੀ ਰਿਡੰਡੈਂਸੀ ਕਵਰ ਤੇ ਇੱਕ ਸਟੈਂਡ ਡਾਊਨ ਪੀਰੀਅਡ ਹੋ ਗਿਆ ਕਿ ਜੇ ਤੁਸੀਂ ਅੱਜ ਲਿੱਤੀ ਹੈ 6 ਮੰਥਸ ਤੱਕ ਤੁਸੀਂ ਰਿਡੰਡੈਂਟ ਜੇ ਹੋ ਗਏ 6 ਮਹੀਨੇ ਤੋਂ ਬਾਅਦ ਹੋਗੇ ਦੈਨ ਪੇਡ ਆਊਟ ਹੋਏਗੀ। ਇਹ ਨਹੀਂ ਹੋਇਆ ਵੀ ਤੁਸੀਂ ਕੱਲ ਨੂੰ ਹੋ ਜਾਓ, ਤੁਸੀਂ ਪਹਿਲਾਂ ਹੀ ਇਸੇ ਕਰਕੇ ਲੈ ਰਹੇ ਹੋ ਨਾ, ਤੇ ਉਹਨਾਂ ਨੇ ਵੀ ਉਹ ਵੀ ਇਸ ਟਾਈਮ ਤੇ ਹੁਣ ਕੋਵਿਡ ਦਾ ਟਾਈਮ ਹੈ, ਰਿਡੰਡੈਂਸੀ ਹੋ ਵੀ ਬਹੁਤ ਰਹੀ ਹੈ, ਕਿਤੇ ਨਾ ਕਿਤੇ ਇੰਸ਼ੋਰੈਂਸ ਕੰਪਨੀ ਵੀ ਪੂਰੇ ਉਹ ਆਪਣੇ ਪਲਾਨ ਆਊਟ ਕਰਕੇ ਕਰ ਰਹੇ ਹੈ, ਸਟੈਂਡ ਆਊਟ ਟਾਈਮ ਉਹਨਾਂ ਨੇ ਰੱਖਤਾ ਰਿਡੰਡੈਂਸੀ ਦੇ ਉੱਤੇ। ਹਾਂਜੀ, ਨਵਰੂਪ, ਕੋਈ ਤਜਰਬਾ ਤੁਹਾਡਾ ਜਿਹੜਾ ਕਿ ਪਿਛਲੇ ਸਮੇਂ ਦੌਰਾਨ ਇੰਸ਼ੋਰੈਂਸ ਨੂੰ ਲੈ ਕੇ, ਕਿਉਂਕਿ ਕਲੇਮ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਹਮੇਸ਼ਾ ਡਰ ਹੁੰਦਾ, ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਨਾ ਕੋਈ ਤਜਰਬਾ ਜ਼ਰੂਰ ਸਾਂਝਾ ਕਰੋ ਸਾਡੇ ਦਰਸ਼ਕਾਂ ਦੇ ਨਾਲ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਇੱਦਾਂ ਜਿਹੜੀ ਤੁਹਾਡੀ ਟੀਮ ਆ ਉਹ ਕੰਮ ਕਰਦੀ, ਨਹੀਂ ਤਾਂ ਬਹੁਤੀ ਵਾਰ ਕੀ ਹੁੰਦਾ ਕਿ ਜਿਹੜੇ ਕਈ ਇੱਦਾਂ ਦੇ ਬ੍ਰੋਕਰ ਵੀ ਹੁੰਦੇ ਆ ਜਿਹੜੇ ਕਿ ਨਾਲ ਆਪਣੇ ਮੁੱਖ ਕੰਮਾਂ ਦੇ ਨਾਲ ਵੈਸੇ ਹੀ, ਜਿੱਦਾਂ ਨਹੀਂ ਕਹਿ ਰਹੀ ਵੀ ਆਪਾਂ ਕਲੀਨਿੰਗ ਦਾ ਬਿਜ਼ਨਸ ਲੈ ਲਿਆ ਤਾਂ ਉਹ ਕਹਿੰਦੇ ਵੀ ਇੰਸ਼ੋਰੈਂਸ ਕਰਨ ਲੱਗ ਜਾਓ, ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋ,
ਤਾਂ ਉਹ ਜਦੋਂ ਕਲੇਮ ਲੈਣ ਦਾ ਸਮਾਂ ਆਉਂਦਾ ਤਾਂ ਫਿਰ ਉਹ ਜਿਹੇ ਏਜੰਟ ਮੁੱਖ ਤੌਰ ਤੇ ਭੱਜ ਜਾਂਦੇ ਆ ਤਾਂ ਉਹ ਗੱਲ ਨਹੀਂ ਕਰਦੇ ਜੀ ਤੁਸੀਂ ਸਿੱਧਾ ਕੰਪਨੀ ਨਾਲ ਗੱਲ ਕਰੋ ਜੀ ਉਹ ਐਵੇਂ ਕਰਨਗੇ ਜਿਉਂ ਕਰਨਗੇ ਤਾਂ ਉਹ ਜਿਹੇ ਦੌਰ ਦੇ ਵਿੱਚ ਤੁਹਾਡੀ ਭੂਮਿਕਾ ਤੇ ਕੋਈ ਤਜਰਬਾ ਜਿਹੜਾ ਕਿ ਪਿਛਲੇ ਸਮੇਂ ਦੌਰਾਨ ਤੁਹਾਡੇ ਨਾਲ ਹੋਇਆ ਹੋਵੇ ਹਾਂਜੀ ਜ਼ਰੂਰ ਜੀ ਮੈਂ ਤੁਹਾਨੂੰ ਇਹੀ ਮੈਂਸ਼ਨ ਕਰਦੀ ਹਾਂ ਹਰ ਵਾਰੀ ਕਿ ਅਸੀਂ ਇੰਸ਼ੋਰੈਂਸ ਦਾ ਤੁਹਾਨੂੰ ਇੱਕ ਗਾਈਡ ਕਰਦੇ ਹਾਂ ਇੰਸ਼ੋਰੈਂਸ ਦੇ ਵਿੱਚ ਰਿਕਮੈਂਡੇਸ਼ਨ ਦਿੰਦੀ ਹਾਂ ਬਟ ਜਦੋਂ ਕੱਲ੍ਹ ਨੂੰ ਕਲੇਮ ਦਾ ਟਾਈਮ ਆਉਂਦਾ ਨਾ ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਕਲੇਮ ਲਈ ਕਾਲ ਕਿੱਥੇ ਕਰਨੀ ਹੈ ਸਾਨੂੰ ਪਾਲਿਸੀ ਨੰਬਰ ਨਹੀਂ ਪਤਾ ਹੁੰਦਾ ਉਸ ਟਾਈਮ ਤੇ ਤੁਸੀਂ ਸਾਨੂੰ ਜੇ ਸਾਡੇ ਥਰੂ ਇੰਸ਼ੋਰੈਂਸ ਹੈ ਜਾਂ ਨਹੀਂ ਵੀ ਹੈ ਅਸੀਂ ਤੁਹਾਡੀ ਹੈਲਪ ਕਰਾਂਗੇ ਸਾਨੂੰ ਕਾਲ ਕਰੋ ਤੁਸੀਂ ਤੇ ਅਸੀਂ ਜਿੱਦਾਂ ਜਿੱਦਾਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ ਹੁੰਦਾ ਅਸੀਂ ਡੀਲ ਕਰਾਂਗੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਸੀਂ ਹੁਣ ਜੇ ਗੱਲ ਕਰੋ ਪਿੱਛੇ ਜਿਹੜੇ ਕਲੇਮ ਹੋਏ ਆ ਜਦੋਂ ਤੁਸੀਂ ਇੰਸ਼ੋਰੈਂਸ ਵੇਚਦੇ ਹੋ ਨਾ ਇੰਨੀ ਖੁਸ਼ੀ ਨਹੀਂ ਹੁੰਦੀ ਜਦੋਂ ਕਿਸੇ ਦਾ ਕਲੇਮ ਹੁੰਦਾ ਨਾ ਅਗਲੇ ਬੰਦੇ ਨੂੰ ਵੀ ਖੁਸ਼ੀ ਮਿਲਦੀ ਹੈ ਤੇ ਤੁਹਾਨੂੰ ਵੀ ਇੱਕ ਤਸੱਲੀ ਜੀ ਮਿਲਦੀ ਹੈ ਹਾਂ ਮੈਂ ਕਿਸੇ ਦਾ ਇੱਕ ਚਿਹਰੇ ਤੇ ਮੁਸਕਾਨ ਲਿਆਂਦੀ ਦੁੱਖ ਦੇ ਸਮੇਂ ਚ ਹਾਂਜੀ ਕਿਉਂਕਿ ਇੰਸ਼ੋਰੈਂਸ ਇੱਕ ਇਦਾਂ ਦੀ ਚੀਜ਼ ਆ ਕਿ ਬਹੁਤ ਕਿਸੇ ਨੂੰ ਮਾੜੇ ਟਾਈਮ ਕੰਮ ਆਉਂਦੀ ਆ ਠੀਕ ਆ ਅੱਜ ਦਾ ਟਾਈਮ ਇਦਾਂ ਦਾ ਕਿ ਸਾਨੂੰ ਪਤਾ ਕਿ ਸਾਡੀ ਲਾਈਫ ਬਹੁਤ ਹੀ ਸੈਡੈਂਟਰੀ ਲਾਈਫ ਸਟਾਈਲ ਹੈ ਸਾਨੂੰ ਆਪਣੇ ਲਈ ਟਾਈਮ ਨਹੀਂ ਹੈਗਾ ਨਾ ਤੇ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਹੇ ਹਾਂ ਅਸੀਂ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰ ਰਹੇ ਹਾਂ ਪੁਰਾਣੇ ਟਾਈਮ 'ਚ ਦੇਖ ਲਓ ਗੱਡੀਆਂ ਦੀ ਇੰਸ਼ੋਰੈਂਸ ਨਹੀਂ ਹੁੰਦੀ ਸੀ ਕਿਸੇ ਚੀਜ਼ ਦੀ ਨਹੀਂ ਹੁੰਦੀ ਸੀ ਹੁਣ ਜਿਵੇਂ ਜਿਵੇਂ ਟਾਈਮ ਚੇਂਜ ਹੋ ਰਿਹਾ ਬਹੁਤ ਚੀਜ਼ਾਂ ਚੇਂਜ ਹੋ ਰਹੀਆਂ ਤੇ ਜਦੋਂ ਤੁਸੀਂ ਕਿਸੇ ਦੀ ਇੰਸ਼ੋਰੈਂਸ ਤੋਂ ਕਲੇਮ ਕਰਾ ਕੇ ਦਿੰਦੇ ਹੋ ਆਈ ਥਿੰਕ ਸਭ ਤੋਂ ਜ਼ਿਆਦਾ ਹੈਪੀਨੈਸ ਤੁਹਾਨੂੰ ਉਦੋਂ ਹੀ ਮਿਲਦੀ ਆ ਹੁਣ ਇਹ ਰੀਸੈਂਟਲੀ ਪਿੱਛੇ ਕਿਸੇ ਦਾ ਕਲੇਮ ਹੋਇਆ ਸੀ ਉਹਨਾਂ ਦਾ ਸਿਸਟ ਦੇ ਰਿਗਾਰਡਿੰਗ ਕਲੇਮ ਹੋਇਆ ਸੀਗਾ ਤੇ ਸਿਸਟ ਬਹੁਤ ਵੱਡੀ ਚੀਜ਼ ਹੈ ਕਿਉਂਕਿ ਕੱਲ ਨੂੰ ਇਦਾਂ ਦੀ ਜਿਹੜੀ ਚੀਜ਼ਾਂ ਹੁੰਦੀਆਂ ਸਿਸਟ ਹੋ ਗਿਆ ਲੰਬ ਹੋ ਗਿਆ ਕਿਤੇ ਨਾ ਕਿਤੇ ਇਹ ਨੈਕਸਟ ਸਟੇਜ ਕੈਂਸਰ ਦਾ ਹੁੰਦਾ ਨਾ ਤੇ ਜਦੋਂ ਤੁਸੀਂ ਉਹਨੂੰ ਇਨੀਸ਼ੀਅਲ ਸਟੇਜ ਤੇ ਉਹਦੀ ਟ੍ਰੀਟਮੈਂਟ ਲਈ ਤੁਸੀਂ ਉਹਨੂੰ ਕਲੇਮ ਲੈ ਕੇ ਦਿੱਤਾ ਹੈਲਪ ਕਰਤੀ ਕਿਤੇ ਨਾ ਕਿਤੇ ਵੇ ਆਊਟ ਕਰਤਾ ਬੰਦੇ ਨੂੰ ਕਿਉਂਕਿ ਸਾਨੂੰ ਪਤਾ ਹੈ ਤੇ ਸਾਡਾ ਕਾਸਟ ਮੈਡੀਕਲ ਦੀ ਹਸਪੀਟਲਸ ਦੀ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਕਈ ਵਾਰ ਬੰਦਾ ਉਸ ਡਰ 'ਚ ਰਹਿ ਜਾਂਦਾ ਕਈ ਵਾਰ ਸਾਡੇ ਡਰ ਹੁੰਦਾ ਅਸੀਂ ਇੰਡੀਆ ਜਾਵਾਂਗੇ ਫਿਰ ਟ੍ਰੀਟਮੈਂਟ ਲੈ ਲਾਂਗੇ ਨਾ ਤੇ ਕਈ ਵਾਰ ਇਹ ਚੀਜ਼ਾਂ ਉਸ ਉਨੇ ਟਾਈਮ 'ਚ ਜ਼ਿਆਦਾ ਨੁਕਸਾਨ ਪਹੁੰਚਾ ਦਿੰਦੀਆਂ ਸਾਡੀ ਬਾਡੀ ਨੂੰ ਤੇ ਇਹਦੇ 'ਚ ਨੰਬਰ ਇੱਕ ਚੀਜ਼ ਤੁਸੀਂ ਇੰਡੀਆ ਜਾਣ ਦੀ ਗੱਲ ਕਹੀ ਚਲੋ ਖੈਰ ਹੁਣ ਤਾਂ ਜਹਾਜ਼ ਬੰਦ ਨੇ ਸਾਰਾ ਕੁਝ ਏਅਰਪੋਰਟ ਬੰਦ ਨੇ ਸੋ ਸਿਰਫ ਬਿਲਕੁਲ ਜ਼ਰੂਰੀ ਹੀ ਲੋਕ ਆ ਜਾ ਰਹੇ ਨੇ ਵੀ ਬੰਦੇ ਦੀ ਇੰਸ਼ੋਰੈਂਸ ਲਈ ਹੋਈ ਆ ਤਾਂ ਇਹ ਵੀ ਹੁੰਦਾ ਕਿ ਕਿਉਂਕਿ ਆਪਾਂ ਨੈਚੁਰਲੀ ਸਾਰੇ ਜਿੰਨੇ ਆਪਾਂ ਇੰਡੀਅਨ ਜਾਂ ਪੰਜਾਬੀ ਆ ਆਪਾਂ ਆਪਣੇ ਜਾਣੇ ਆ ਪਿੱਛੇ ਹੈ ਨਾ ਤਾਂ ਜੇ ਉੱਥੇ ਕੋਈ ਦਿੱਕਤ ਆ ਜੇ ਅਜਿਹੀਆਂ ਹਾਲਤਾਂ ਦੇ ਵਿੱਚ ਵੀ ਕੋਈ ਚੀਜ਼ਾਂ ਹੁੰਦੀਆਂ ਵੀ ਉਹ ਕਵਰ ਹੋ ਜਾਂਦਾ ਸਾਰਾ ਕੁਝ ਹਾਂਜੀ ਹਾਂਜੀ ਇੰਸ਼ੋਰੈਂਸ ਕੰਪਨੀ ਦਾ ਸਟਰਕਚਰ ਇੱਦਾਂ ਹੀ ਬਣਿਆ ਹੋਇਆ ਜੇ ਤੁਹਾਨੂੰ ਕੱਲ ਨੂੰ ਉੱਥੇ ਓਵਰਸੀਜ਼ ਜਾ ਕੇ ਕੋਈ ਪ੍ਰੋਬਲਮ ਆਉਂਦੀ ਹੈ ਕਿਉਂਕਿ ਤੁਸੀਂ ਕਵਰ ਲਿੱਤਾ ਹੋਇਆ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਠੀਕ ਹੈ ਤੁਹਾਨੂੰ ਉੱਥੇ ਵੀ ਹੈ ਤੁਹਾਡਾ ਕਿ ਤੁਸੀਂ ਤੁਹਾਨੂੰ ਕੱਲ ਨੂੰ ਉੱਥੇ ਜਾ ਕੇ ਕੋਈ ਮੈਡੀਕਲ ਪ੍ਰੋਬਲਮ ਆਉਂਦੀ ਹੈ ਕਿ ਤੁਹਾਡੇ ਕੋਲ ਉੱਥੇ ਵੀ ਇੰਸ਼ੋਰੈਂਸ ਸਾਡੇ ਕੰਮ ਆਊਗੀ ਖਾਸ ਕਰ ਕੰਪਨੀਆਂ ਹੁਣ ਹੈਗੀਆਂ ਮੈਡੀਕਲ ਕੰਪਨੀ ਜਿਵੇਂ ਇੱਕ NIB ਕੰਪਨੀ ਹੈ ਉਹ ਨਾਲ ਇਸ ਟਾਈਮ ਤੇ ਤੁਸੀਂ ਮੈਡੀਕਲ ਇੰਸ਼ੋਰੈਂਸ ਲੈ ਰਹੇ ਹੋ ਤੇ ਟਰੈਵਲ ਇੰਸ਼ੋਰੈਂਸ ਵੀ ਫ੍ਰੀ ਦੇ ਰਹੇ ਹੋ ਜਿਹਦੇ ਵਿੱਚ ਕੱਲ ਨੂੰ ਤੁਹਾਨੂੰ ਭਾਵੇਂ ਤੁਸੀਂ ਇੰਡੀਆ ਗਏ ਆਸਟ੍ਰੇਲੀਆ ਗਏ ਕਿਤੇ ਵੀ ਤੁਸੀਂ ਓਵਰਸੀਜ਼ ਗਏ ਤੁਹਾਨੂੰ ਉੱਥੇ ਮੈਡੀਕਲ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਹਾਡੇ ਕੋਲ ਇੱਕ ਟਰੈਵਲ ਕਵਰ ਹੈ ਜਿਹਦੇ ਵਿੱਚ ਤੁਹਾਡੀ ਹਸਪੀਟਲ ਕਾਸਟ ਹੋਗੀ ਤੁਹਾਡੀ ਹੋਰ ਖਰਚੇ ਹੋਗੇ ਤੇ ਤੁਹਾਡੇ ਉਹ ਵਿੱਚ ਕਵਰ ਹੋਣਗੇ ਜੀ ਹਾਂਜੀ ਸੋ ਇਹ ਨਾਲ ਚੀਜ਼ਾਂ ਇਹ ਚੱਲਦੀਆਂ ਹਾਂਜੀ ਹਾਂਜੀ ਇਨ ਫੈਕਟ ਉਹਦੇ ਵਿੱਚ ਜੇ ਤੁਸੀਂ ਤੁਹਾਡੀ ਫਲਾਈਟਸ ਟਿਕਟਸ ਹੈ ਤੁਸੀਂ ਨਹੀਂ ਟਰੈਵਲ ਕਰ ਪਾ ਰਹੇ ਆਪਣੀ ਮੈਡੀਕਲ ਕਿਸੇ ਕਰਕੇ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਇਨਕਲੂਡਿੰਗ ਤੁਹਾਡੀ ਫਲਾਈਟਸ ਟਿਕਟਸ ਵੀ ਉਹ ਤੁਹਾਡੀ ਕਵਰਡ ਕਰਨਗੇ ਜੀ ਸੋ ਆਖਰ ਦੇ ਵਿੱਚ ਨਵੀਆਂ ਤੁਸੀਂ ਸਰਵਿਸਿਜ਼ ਸ਼ੁਰੂ ਕੀਤੀਆਂ ਨੇ ਉਹਨੂੰ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਕਿਸ ਤਰੀਕੇ ਦਾ ਗੱਲਬਾਤ ਖਾਸ ਤੌਰ ਤੇ ਕਾਰ ਇੰਸ਼ੋਰੈਂਸ ਦਾ ਤੇ ਇੱਕ ਮਹੀਨਾ ਦਾ ਹੋਰ ਵੀ ਤੁਸੀਂ ਕੁਝ ਸ਼ੁਰੂ ਕੀਤਾ ਹੋਮ ਐਂਡ ਕੰਟੈਂਟ ਮੈਨੂੰ ਇਦਾਂ ਲੱਗਦਾ ਪਰਸਨਲ ਇੰਸ਼ੋਰੈਂਸ ਲਈ ਥੋੜਾ ਸਮਝਾਉਣਾ ਪੈਂਦਾ ਸਾਨੂੰ ਸਾਰਿਆਂ ਨੂੰ ਕਾਰ ਹੋਮ ਐਂਡ ਕੰਟੈਂਟ ਲੋਕੀ ਜ਼ਿਆਦਾ ਜ਼ਰੂਰੀ ਸਮਝਦੇ ਆ ਉਹੀ ਕਹਿਣਾ ਸਾਡੀ ਜਿਹੜੀ ਅੱਜ ਕੱਲ ਅਸੀਂ ਆਪਣੇ ਆਪ ਨੂੰ ਇੰਪੋਰਟੈਂਸ ਘੱਟ ਦਿੱਤੀ ਹੋਈ ਹੈ ਆਪਣੀ ਚੀਜ਼ਾਂ ਨੂੰ ਜ਼ਿਆਦਾ ਦਿੱਤੀ ਹੋਈ ਹੈ ਮੈਨੂੰ ਲੱਗਦਾ ਸਾਨੂੰ ਉਹਦੇ 'ਚ ਤਾਂ ਹਾਲੀ 2 ਕੁ ਹਫ਼ਤੇ ਹੋਏ ਕੰਮ ਸ਼ੁਰੂ ਕਰੇ ਨੂੰ ਮਤਲਬ ਉਹ ਕੰਮ ਤਾਂ ਇੰਨਾ ਕੁ ਜ਼ਿਆਦਾ ਬਿਜ਼ੀ ਹੋ ਗਿਆ ਕਿ ਇੱਕ ਸਾਨੂੰ ਫੁੱਲ ਟਾਈਮ ਬੰਦਾ ਰੱਖਣਾ ਪਿਆ ਕਿ ਜਿਹੜਾ ਕਿ ਉਹ ਉਹੀ ਤੋਂ ਜਿਹੜਾ ਕਰੇ ਨਹੀਂ ਨਹੀਂ ਹਾਂਜੀ ਦੇਖੋ ਇਹ ਕਿੱਡੀ ਤਰਾਸਦੀ ਹੈ ਨਾ ਵੀ ਆਪਣੀ ਬੰਦਾ ਇੰਸ਼ੋਰੈਂਸ ਨਹੀਂ ਕਰਵਾ ਰਿਹਾ ਆਪਣੀਆਂ ਗੱਡੀਆਂ ਦੀ ਕਾਰਾਂ ਦੀ ਪਹਿਲਾਂ ਰੋਡ ਤੋਂ ਚੜ੍ਹਨ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਬਣਿਆ ਵੀ ਲੈ ਲਈਏ ਇਹਦੀ ਤੇ ਜੇ ਉਹਨੂੰ ਜਿਹੜਾ ਕਿਹਾ ਚਲਾਉਣ ਵਾਲਾ ਉਹਦੀਆਂ ਕਿਸ਼ਤਾਂ ਭਰਨ ਵਾਲਾ ਉਹਦੇ 'ਚ ਕੋਈ ਡਿਫਾਲਟ ਪੈ ਜੇ ਉਹਦੇ ਲਈ ਅਸੀਂ ਕੋਈ ਸੋਚ ਨਹੀਂ ਰਹੇ ਹੈ ਨਾ ਸੋ ਇਹ ਆਪਣੇ ਆਪ ਦੇ ਵਿੱਚ ਬੜਾ ਦਵੰਧ ਵਾਲੀ ਗੱਲ ਆ ਸੋ ਲਾਸਟ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਜਿਹੜੀ ਕਿ ਇਸ ਹਫ਼ਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਜ਼ਰੂਰੀ ਹੋਵੇ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ ਸੋ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਹਾਂਜੀ
मैं यही डिस्कस करना चाहनी हूँ, जे तुहानू हाले भी कोई डाउट है तुहाडी मैडिकल इंश्योरेंस या तुहाडी ट्रॉमा जिन्हों आपां क्रिटिकल कंडीशनस भी कहने हैं, जे उहदे विच तुहानू कोई डाउट है, कोई क्वेश्चनस है, सानू कॉन्टैक्ट कर सकते हो तुसी, ते असीं तुहानू एक्सप्लेन करांगे। ट्रॉमा भी दो तरह दियां हुंदियां, किद्दां वर्कआउट हुंदियां, कि कंडीशन च पे हुंदियां, किद्दां पैसे आउंदे आ, असीं तुहानू सारा समझावांगे, क्योंकि एक कवर लैण तों पहलां तुहानू पता भी होना चाहीदा उहदे बेनीफिट की है। ठीक है, कदों कदों कद मिलेगी। हांजी, ਸ਼ੋਰ ਜੀ, ਉਹਦੀ ਟੀਮ ਨਾਲ ਕਿਵੇਂ ਰਾਬਤਾ ਕੀਤਾ ਜਾ ਸਕਦਾ, ਮਿਲਣ ਦਾ ਟਾਈਮ ਕੀ ਹੈਗਾ, ਅਤੇ ਕਿਹੜੇ ਕਿੱਥੇ ਕਿੱਥੇ ਤੁਸੀਂ ਉਪਲਬਧ ਹੁੰਦੇ ਹੋ? ਹਾਂਜੀ, ਮਿਲਣ ਦਾ ਟਾਈਮ ਦੇਖੋ, ਅਸੀਂ 7 ਡੇਜ਼ ਅਵੇਲੇਬਲ ਹਾਂ। ਵੀਕਐਂਡ ਸੇ ਜ਼ਿਆਦਾ ਬਿਜ਼ੀ ਹੈ, ਕਿਉਂਕਿ ਸਾਰੇ ਲੋਕ ਚਾਹੁੰਦੇ ਆ ਵੀਕਐਂਡ ਸੇ ਹੁੰਦੇ ਆ। ਈਵਨ ਜੇ ਤੁਸੀਂ ਈਵਨਿੰਗ 'ਚ ਲਾਈਕ 6:30, 5:30 ਤੋਂ ਬਾਅਦ ਜਿਵੇਂ ਆਪਾਂ ਵਰਕਿੰਗ ਆ, ਜੇ ਅਸੀਂ ਸ਼ਾਮੀ ਫ੍ਰੀ ਹਾਂ, ਤਾਂ ਅਸੀਂ ਘਰ ਈਵਨਿੰਗ ਅਪੁਆਇੰਟਮੈਂਟਸ ਬਣਾ ਸਕਦੇ ਹਾਂ, ਜਿੱਥੇ ਤੁਹਾਨੂੰ ਕੰਫਰਟੇਬਲ ਹੈ, ਜੇ ਤੁਹਾਡੇ ਲਾਈਕ ਘਰ 'ਚ ਅਵੇਲੇਬਲ ਹੋ ਤੁਸੀਂ ਤੁਹਾਨੂੰ ਉੱਥੇ ਠੀਕ ਲੱਗਦਾ। ਜਾਂ ਜਦੋਂ ਬੰਦਾ ਕਹਿੰਦਾ ਮੈਂ ਜੋਬ ਤੋਂ ਫਿਨਿਸ਼ ਹੋਇਆ, ਮੈਂ ਉੱਥੇ ਕਿਤੇ ਮੀਟਿੰਗ ਕਰ ਲਾਂ, ਟ੍ਰੈਫਿਕ ਆਵਰ ਤੋਂ ਬਚ ਜਾਂ, ਅਸੀਂ ਤੁਹਾਨੂੰ ਉੱਥੇ ਆ ਕੇ ਮਿਲ ਸਕਦੇ ਹਾਂ। ਤੇ ਚਾਹ ਤਾਂ ਬਹੁਤ ਪੀਣੀ ਪੈਂਦੀ ਹੋਊਗੀ, ਕਾਫੀ ਹੈ ਜੀ, ਸੋ ਫਿਰ ਉਹਦਾ ਕੀ ਇਲਾਜ ਲੱਭਿਆ, ਤੁਹਾਡੀ ਸਿਹਤ ਦਾ ਨੁਕਸਾਨ ਸਾਰਿਆਂ ਦਾ ਹੁੰਦਾ ਹੈਗਾ। ਕਿਤੇ ਨਾ ਕਿਤੇ ਕਈ ਵਾਰ ਏਦਾਂ ਹੁੰਦਾ ਦਿਨ 'ਚ, ਜਦੋਂ ਬੰਦਾ 3 ਜਾਂ 4 ਵਾਰੀ ਕਾਫੀ ਪੀ ਲੈਂਦਾ ਨਾ, ਚਾਹ ਦਾ ਤਾਂ ਹੈ ਨਹੀਂ ਜਿਵੇਂ ਇੰਡੀਆ 'ਚ ਹੁੰਦਾ ਕਿ ਚਾਹ ਮਿਲਦੀ ਆ, ਤੇ ਬੰਦੇ ਨੂੰ ਵੀ ਹੁੰਦਾ ਕਿ ਬਸ ਬਹੁਤ ਹੋ ਗਈ, ਹੁਣ ਆਪਣੀ ਵੀ ਹੈਲਥ ਦਾ ਧਿਆਨ ਰੱਖਣਾ, ਕੁਛ ਨਾ ਕੁਛ ਹੈਲਦੀ ਲਓ ਤੁਸੀਂ ਵੀ ਨਾਲ, ਕਿਉਂਕਿ ਤੁਹਾਨੂੰ ਨਾਲ ਬਹਿਣਾ ਪੈਂਦਾ, ਕਰਨਾ ਪੈਂਦਾ। ਤੇ ਡੈਫੀਨੇਟਲੀ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਆ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਵਿਸ਼ੋਰ ਯੂ ਦੇ ਨਾਮ ਤੇ, ਤੁਸੀਂ ਮੈਨੂੰ ਪਰਸਨਲੀ ਮੇਰੇ ਨੰਬਰ ਤੇ ਕਾਲ ਕਰ ਸਕਦੇ ਹੋ, ਉਹ 2251413999, ਤੇ ਸਾਡੀ ਵੈਬਸਾਈਟ ਹੈ, ਤੁਸੀਂ ਉੱਥੇ ਜਾ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ। ਬਾਕੀ ਅਨਕੀਲਾ ਟੀਵੀ ਦੇ ਰਾਹੀਂ ਤੁਸੀਂ ਡਿਟੇਲਸ ਤੁਹਾਡੇ ਕੋਲ ਸਕਰੀਨ ਤੇ ਆ ਰਹੀ ਹੈ ਜੀ, ਤੁਸੀਂ ਕਿਸੇ ਵੀ ਵੇ ਨਾਲ ਸਾਨੂੰ ਕੰਟੈਕਟ ਕਰ। ਬਿਲਕੁਲ ਜੀ, ਏਜੰਟ ਪੰਜਾਬੀ ਨਿਊਜ਼ ਦੀ ਜਦੋਂ ਤੁਸੀਂ ਕੋਈ ਵੀ ਖਬਰ ਪੜ੍ਹਦੇ ਹੋ ਤਾਂ ਉੱਥੇ ਵਿਸ਼ੋਰ ਜੂ ਦਾ ਨਾਂ ਆ ਜਾਂਦਾ, ਨੰਬਰ ਵੀ ਆ ਜਾਂਦਾ, ਸੰਪਰਕ ਪਤਾ ਵੀ ਆ ਜਾਂਦਾ। ਤੁਸੀਂ ਜਦੋਂ ਵੀ ਕਿਤੇ ਵੀ ਸੋਚ ਰਹੇ ਹੋਵੋ ਇੰਸ਼ੋਰੈਂਸ ਲੈਣ ਬਾਰੇ, ਜਾਂ ਤੁਹਾਡੇ ਮਨ ਦੇ ਵਿੱਚ ਖਿਆਲ ਆ ਰਿਹਾ ਹੋਵੇ, ਤਾਂ ਇੱਕ ਵਾਰੀ ਇਹਨਾਂ ਨੂੰ ਸੰਪਰਕ ਜ਼ਰੂਰ ਕਰੋ, ਕਿਉਂਕਿ ਮਿਲਣ ਦਾ ਕੋਈ ਪੈਸਾ ਨਹੀਂ ਲੱਗਦਾ, ਗੱਲਬਾਤ ਕਰਨ ਦਾ ਕੋਈ ਚਾਰਜਸ ਨਹੀਂ ਹੈਗੇ, ਤੁਹਾਨੂੰ ਮਿਲਣਗੇ, ਤੁਹਾਨੂੰ ਦੱਸਣਗੇ, ਜੇ ਤੁਹਾਨੂੰ ਗੱਲ ਜੱਚੀ, ਤੁਹਾਡੇ ਪਸੰਦ ਆਈ, ਤਾਂ ਤੁਸੀਂ ਇਹਨਾਂ ਦੇ ਨਾਲ ਅੱਗੇ ਕੈਰੀ ਔਨ ਕਰਨਾ, ਲਗਾਤਾਰ ਚੱਲਣਾ ਹੈਗਾ, ਅਤੇ ਨਹੀਂ ਤਾਂ ਆਪੋ ਆਪਣੇ ਆਪਾਂ ਰਾਹ ਦੇ ਉੱਤੇ ਚੱਲ ਰਹੇ ਹਾਂ। ਸਾਡਾ ਮਕਸਦ ਇਹ ਹੈ ਕਿ ਤੁਹਾਨੂੰ ਅਵੇਅਰ ਕਰਦੇ ਰਹੀਏ ਤੁਹਾਡੀ ਭਾਸ਼ਾ ਦੇ ਵਿੱਚ ਕੀ ਕੁਛ ਇਸ ਇੰਡਸਟਰੀ ਦੇ ਵਿੱਚ ਚੱਲ ਰਿਹਾ। ਸੋ ਮਾਹਰ ਸਾਡੀ ਟੀਮ ਆ ਵਿਸ਼ੋਰ ਜੂ ਦੀ, ਪੂਰੀ ਜਿਹੜਾ ਕਹਿ ਸਕਦੇ ਪੂਰਾ ਇੱਕ ਨੈੱਟਵਰਕ ਕੰਮ ਕਰਦਾ, ਤਾਂ ਉਹਨਾਂ ਤੋਂ ਹਰ ਜਾਣਕਾਰੀ ਤੁਹਾਡੇ ਸਨਮੁੱਖ ਪਹੁੰਚਦਾ ਕਰਨ ਦੇ ਯਤਨ ਦੇ ਵਿੱਚ ਲੱਗੇ ਹੋਏ ਹਾਂ। ਸੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਗੱਲਬਾਤ ਪਸੰਦ ਆਈ ਹੋਵੇਗੀ, ਅਤੇ ਅੱਗੇ ਵੀ ਤੁਸੀਂ ਇਸ ਤਰੀਕੇ ਨਾਲ ਹੀ ਸਾਡੇ ਨਾਲ ਰਾਬਤਾ ਕਾਇਮ ਕਰਦੇ ਰਹੋਗੇ। ਨਵਰੂਪ, ਤੁਹਾਡਾ ਇੱਕ ਵਾਰ ਫਿਰ ਸਟੂਡੀਓ ਆਉਣ ਦੇ ਲਈ ਬਹੁਤ ਧੰਨਵਾਦ, ਅਤੇ ਉਮੀਦ ਕਰਦੇ ਹਾਂ ਕਿ ਇੰਸ਼ੋਰੈਂਸ ਦੇ ਖੇਤਰ ਦੇ ਵਿੱਚੋਂ ਹਰ ਵਾਰ ਕੋਈ ਨਾ ਕੋਈ ਨਵੀਂ ਗੱਲਬਾਤ ਲੈ ਕੇ ਤੁਸੀਂ ਹਾਜ਼ਰ ਹੁੰਦੇ ਰਹੋਗੇ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।